ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਪਹਿਲਾਂ ਵੀ ਹੁੰਦੀ ਆ ਰਹੀ, ਹੁਣ ਵੀ ਹੋ ਰਹੀਆਂ ਨੇ, ਪਰ ਜੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਈ ਹੱਕ ਦੇ ਲਈ ਲੜਿਆ, ਉਹ ਇੱਕੋ ਇੱਕ ਮਹਾਂਪੁਰਖ ਨੇ ਜਿਨ੍ਹਾਂ ਨੇ ਸਿਰੇ ਤੱਕ ਜ਼ੋਰ ਲਾ ਦਿੱਤਾ, ਸਭ ਕੁਝ ਕਰਾਇਆ ਤੇ ਸਭ ਕੁਝ ਕਰਕੇ ਸਜ਼ਾ ਵੀ ਦਵਾਈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਮਰਿਆਦਾ ਨੂੰ ਬਹਾਲ ਰੱਖਿਆ। ਸਭ ਤੋਂ ਸੋਮਣ ਸਾਡੇ ਗੁਰੂ ਗ੍ਰੰਥ ਸਾਹਿਬ ਨੇ, ਆਪਾਂ ਸਭ ਤੋਂ ਪੂਜਨੀਕ ਨੇ ਆਪਣੇ ਲਈ ਗੁਰੂਆਂ ਦੇ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਨੇ ਜਪਣ ਵਾਲਿਆਂ ਦਾ ਸਤਿਕਾਰ ਹੈ, ਪਰ ਜਦੋਂ ਅਕਾਲ ਪੁਰਖ ਪਰਮੇਸ਼ਰ ਦੇ ਭੇਜੇ ਹੋਏ ਉਹਨਾਂ ਜਪਣ ਵਾਲਿਆਂ ਦੇ ਫਿਰ ਕੋਈ ਆਂਚ ਆਉਂਦੀ ਹੈ, ਫਿਰ ਆਪ ਅਕਾਲ ਪੁਰਖ ਪਰਮੇਸ਼ਰ ਅੰਗ ਸੰਗ ਸਹਾਰੀ ਹੋ ਕੇ ਜਪਣ ਵਾਲਿਆਂ ਦੀ ਮਹਾਂਪੁਰਖਾਂ ਦੀ ਸਹਾਇਤਾ ਕਰਦਾ ਹੈ। ਸੋ ਇੰਨਾ ਮਨ ਨੂੰ ਇੱਥੇ ਆ ਕੇ ਸਕੂਨ ਮਿਲਿਆ ਹੈ, ਨਾ ਸ਼ਾਂਤੀ ਮਿਲੀ ਹੈ। ਵਿਸ਼ਵ ਸ਼ਾਂਤੀ ਦਾ ਤਾਂ ਪਤਾ ਨਹੀਂ ਤੁਸੀਂ ਕਿਵੇਂ ਸ਼ਾਂਤੀ ਲੈ ਕੇ ਜਾਵੋਗੇ, ਪਰ ਜਿਹੜੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ, ਮਹਾਂਪੁਰਖਾਂ ਦੀਆਂ ਮੰਡਲੀਆਂ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆਉਂਦੀ ਹੈ, ਉਹ ਕਹਿਣ ਕਥਨ ਤੋਂ ਪਰੇ ਹੈ।